ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਕਈ ਥਾਵਾਂ 'ਤੇ ਹਿੰਸਾ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਵਾਰਡ ਨੰਬਰ 26 ਤੋਂ ਆਜ਼ਾਦ ਚੋਣ ਲੜ ਰਹੇ ਹਰਦੀਪ ਸਿੰਘ ਮੁੰਡੀਆ ਨਾਲ ਸਿਆਸੀ ਰੰਜਿਸ਼ ਦੇ ਚੱਲਦਿਆਂ ਕੁਝ ਲੋਕਾਂ ਨੇ ਮਾਰਕੁੱਟ ਕੀਤੀ, ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਖੁਸ਼ਬੂ ਪੰਜਾਬ ਦੀ ਨਾਲ ਗੱਲਬਾਤ ਦੌਰਾਨ ਹਰਦੀਪ ਸਿੰਘ ਮੁੰਡੀਆ ਨੇ ਦੱਸਿਆ ਕਿ ਇਲਾਕੇ 'ਚ ਬਹੁਤ ਸੋਹਲਾ ਪਾਉਣੀਆਂ ਸੀ, ਪਰ ਇਹਨਾਂ ਨੇ ਜੋ ਰਾਤ ਹਰਕਤ ਕੀਤੀ, ਮੈਨੂੰ ਅਤੇ ਮੁੰਡੇ ਸਾਧ ਸੁੱਖੇ ਬਾਬੇ ਅਤੇ ਇਕਬਾਲ ਸਿੰਘ ਨੂੰ ਰਾਤ ਪੌਣੇ 11-11 ਵਜੇ ਗੋਬਿੰਦ ਨਗਰ 'ਚ ਘੇਰ ਕੇ ਉਹਨਾਂ ਨੇ ਬਰਮਾਸ ਬੁਲਾ ਕੇ ਸਾਰੇ ਕੁੱਟਿਆ। ਉਸ ਤੋਂ ਬਾਅਦ ਜਦੋਂ ਸਵੇਰੇ 4 ਵਜੇ ਹੋਸਪਿਟਲ ਆਏ, ਉਸ ਤੋਂ ਬਾਅਦ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਫੇਸਬੁੱਕ 'ਤੇ। ਮੈਂ ਦੇਖਿਆ ਸ਼ੀਲਾ ਥੱਲੇ ਲੰਮਾ ਪਿਆ, ਮਿੱਟੀ ਕਰਦਾ ਉਹ ਮਾਰਤਾ, ਉਹ ਗੱਡੀ ਮਾਰਤੀ, ਉਹ ਚੱਕ ਮਾਰਤਾ ਹੋਏ। ਉਸ ਤੋਂ ਬਾਅਦ ਉਹਨਾਂ ਨੇ ਫੇਸਬੁੱਕ ਮਾਰਤਾ, ਆਕਸੀਜਨ ਲੱਗੀ ਹੋਈ ਹੈ, CMC ਹੋਸਪਿਟਲ ਐਡਮਿਟ ਕਰਤਾ। ਉਸ ਤੋਂ ਬਾਅਦ ਸਵੇਰੇ 7 ਵਜੇ ਮੈਂ ਜਦੋਂ ਉੱਥੇ ਪਹੁੰਚਿਆ ਸਕੂਲਾਂ 'ਚ, ਅਤੇ ਸ਼ੀਲਾ ਬਾਬੂ ਜੀ ਉੱਥੇ ਸਕੂਲਾਂ 'ਚ ਕੁੜੀ ਦੀ ਚੈੱਕ ਕਰਿਆ ਸਾਰੇ ਜਿਹੜੇ ਬੰਦੇ 5 ਵਜੇ ਆਕਸੀਜਨ ਲੱਗੀ ਹੋਵੇ, 7 ਵਜੇ ਉਹ ਵਾਰਡ 'ਚ ਭਰਿਆ, ਤੁਹਾਡੇ ਤੜਫੀ ਜਾ ਰਿਹਾ ਵੀ ਮੈਨੂੰ ਗੱਡੀ ਚਾੜਦੀ ਫਿਰ ਤੇ ਮੈਨੂੰ ਚੱਕੇ ਇਹ ਲੋਕਾਂ ਨੂੰ ਵੋਟਾਂ ਨਹੀਂ ਲੈ ਸਕਦਾ ਸੀ। ਹੁਣ ਵੋਟਾਂ ਦਾ ਜੋ ਤਕਰੀਬਨ ਅੱਧ ਤੋਂ ਵੱਧ ਟਾਈਮ ਲੰਘ ਗਿਆ, ਹੋਰ 2 ਘੰਟੇ ਦੇ ਇਹਨਾਂ ਨੂੰ 27 ਤਰੀਕ ਨੂੰ ਜਿਹੜੀ ਇਹਨਾਂ ਨੇ ਹੱਕ ਹਰਕਤ ਕੀਤੀ ਉਹਦਾ ਅਤੇ ਬਾਕੀ ਜੋ ਇਹਨਾਂ ਆਪਣੇ ਵਿਵਹਾਰ ਲੋਕਾਂ 'ਚ ਹੈਗੇ ਹੀ ਆ ਉਹਦਾ ਸਾਰਾ ਰਿਹਾ। ਲੋਕਾਂ ਨੇ ਇਹਨਾਂ ਨੂੰ ਮੈਨੂੰ ਕਹਿੰਦੇ ਸੀ ਦੱਸੋ ਹੁਕਮ ਲਾਓ, ਮੈਂ ਕਿਹਾ ਇਹਨਾਂ ਨੂੰ ਜਿਹੜਾ ਵੀ ਸਾਨੂੰ ਕੁੱਟਿਆ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਸਾਨੂੰ ਇਹਨਾਂ ਨੂੰ ਜਵਾਬ ਦਿਓ, ਵੱਡੀ ਮੀਟਿੰਗ ਜਿਤਾਓ। ਫਿਰ ਵੱਡੀ ਮੀਟਿੰਗ ਦਾ ਜਿੱਤਦੇ ਜਿੱਤ ਪਏ ਆ ਹੁਣ ਚਿਲਡਰਨ ਵੈਲੀ ਸਕੂਲ 'ਚ ਬੂਥ ਨੰਬਰ 9 ਜਿਹੜੀਆਂ ਕਿ ਮੇਰੇ ਮੁਹੱਲੇ ਦੀਆਂ ਵੋਟਾਂ ਮੈਨੂੰ ਪੈਂਦੀਆਂ ਉਹ ਇਹ ਸਾਰੇ ਇਕੱਠੇ ਹੋਏ ਸੰਗੀਤ ਦਾ ਅਤੇ ਸ਼ੀਲਾ ਜੀ ਜਿਹੜਾ ਬੰਦਿਆਂ ਨੇ ਸਾਰਿਆਂ ਨੇ ਇਕੱਠ ਕਰ ਲਿਆ ਅਤੇ ਉਹਦੇ 'ਚ ਵੀ ਮੁਹੱਲਾ ਨਿਵਾਸੀ ਪੂਰਾ ਪਿਆਰ ਦੇ ਰਿਹਾ, ਪਰ ਮੁਹੱਲੇ ਨਿਵਾਸੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਵੋਟਾਂ ਨਹੀਂ ਪੈਣ ਦਿੱਤੀਆਂ ਜਾ ਰਹੀਆਂ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ ਹੋਵੇ ਅਤੇ ਸੰਗਤ ਦਾ ਆਸ਼ੀਰਵਾਦ ਹੋਵੇ, ਜਿੰਨੇ ਮਰਜ਼ੀ ਡਰਾਮੇ ਕਰ ਲਓ, ਜਿੰਨੇ ਮਰਜ਼ੀ ਨਾਟਕ ਕਰ ਲਓ, ਜਿੱਤ ਉਸ ਮਾਲਕ ਨੂੰ ਦਿੱਤੀ ਆਉਣੀ ਹੈ, ਸਾਧ ਸੰਗਤ ਦੀ ਦਿੱਤੀ ਆਉਣੀ ਹੈ, ਜਿੱਤ ਯਕੀਨੀ ਆ। ਇਹਨਾਂ ਦੇ ਚਿਹਰੇ ਦੱਸ ਰਹੇ ਆ ਜਿਹੜੀ ਇਹਨਾਂ ਨੇ ਰਾਤ ਕਰਕੇ ਜਿੱਤੀ ਉਹ ਵੀ ਇਹਨਾਂ ਦੀ ਹਾਰ ਯਕੀਨੀ ਸੀ, ਇਹਨਾਂ ਨੂੰ ਪਤਾ ਸੀ ਕਿ ਇਹ ਅਸੀਂ ਹਾਰ ਰਹੇ ਹਾਂ। ਇਹ ਹਰਕਤ ਕਰਦੇ ਬਾਬ ਥੋੜ੍ਹਾ ਡਰਾਮਾ ਕਰਕੇ ਦੇਖਿਆ, ਉਹਦੇ 'ਚ ਅਹਿਮ ਰੋਲ ਜੋ ਸੁਖਦੀਪ ਮੰਡੇਰ ਆਪਣੇ ਆਪ ਨੂੰ ਕਾਂਗਰਸੀ ਦੱਸਦਾ, ਉਹਦਾ ਫੇਸਬੁੱਕ ਖੋਲ੍ਹ ਲਓ, ਘੰਟਾ ਕੁ ਪਹਿਲਾਂ ਕਾਂਗਰਸ 'ਚ ਹੁੰਦਾ, ਘੰਟੇ ਕੁ ਬਾਅਦ ਆਮ ਪਾਰਟੀ 'ਚ, ਘੰਟੇ ਕੁ ਬਾਅਦ ਲੋਕ ਆਮ ਪਾਰਟੀ 'ਚ, ਘੰਟੇ ਕੁ ਬਾਅਦ ਸੁਖਦੀਪ ਰਾਏ ਦੇ ਦਫ਼ਤਰ, ਮਤਲਬ ਚਾਹੁੰਦਾ ਨਹੀਂ ਕਿ ਵਾਰਡ 'ਚ ਸ਼ਾਂਤੀ ਰਹੇ। ਸਾਡੇ ਇੱਕ ਵਾਰਡ 'ਚ ਨਹੀਂ, ਉਹਨੇ 2-3 ਵਾਰਡਾਂ 'ਚ ਇੰਨੀ ਕੁ ਸ਼ਰਾਰਤ ਕੀਤੀ ਹੋਈ ਹੈ। ਆਪਣੇ ਬੱਚੇ ਉਹਦੇ ਬਾਹਰ ਹੈ, ਉਹਨਾਂ ਨਾਲ ਕੇਸ ਚੱਲਦਾ, NRI ਲੋਕਾਂ ਨੂੰ ਦੱਸਦਾ, 1-2 ਸਾਲ ਤੋਂ ਉੱਥੇ ਰਹਿ ਰਿਹਾ, 3 ਸਾਲ ਤੋਂ ਉੱਥੇ ਲੁਧਿਆਣੇ 'ਚ ਰਹਿ ਰਿਹਾ, ਬੇਕਾਨੂੰਨ ਹੁੰਦਾ NRI ਦੇ ਨਾਂ 'ਤੇ ਲੋਕਾਂ ਕੋਲ ਪਿੱਛੇ ਆਮ ਪਾਰਟੀ ਦੀ ਇਲੈਕਸ਼ਨ ਹੋਈ ਹੈ, ਉਹਦੇ 'ਚ ਲੋਕਾਂ ਨੂੰ NRI ਦੱਸਦਾ ਸੀ, ਫੰਡ ਲੈ ਲੈ ਕੇ ਅੱਧਾ ਕੁ ਆਮ ਪਾਰਟੀ ਵਾਲੇ ਨੂੰ ਦਿੰਦਾ ਸੀ, ਅੱਧਾ ਨਾਮ ਕਰਦਾ ਸੀ, ਮਤਲਬ ਭਰਾਵਾਂ ਦੀ ਪ੍ਰੋਪਰਟੀ ਖੋਲ੍ਹੀ, ਭਰਾਵਾਂ ਨੂੰ ਰੇਟ ਬਣਾ ਲਿਆ,
ਲੋਕਾਂ ਨੂੰ ਬੇਵਕੂਫ ਬਣਾ ਲਿਆ, ਉਹ ਲੜਾਈਆਂ ਬਹੁਤ ਹੋਈਆਂ ਸਿਰ ਪਰਵਾ ਕੇ ਸਾਡੇ। ਮੈਂ ਤੁਹਾਨੂੰ ਭਰਾ ਬੱਚੇ ਦੇ ਬਾਹਰ ਸਾਡਾ ਆ, ਲੋਕਾਂ ਦੇ ਬੱਚਿਆਂ ਦੇ ਸਿਰ ਤੋਂ ਉਹਨਾਂ ਦੇ ਮਾਂ ਪਿਓ ਦਾ ਨਾਂ ਚੱਕ, ਤੈਨੂੰ ਤੇ ਨਾ ਬੱਚਿਆਂ ਨਾਲ ਪਿਆਰ ਹੈ ਨਾ ਤੈਨੂੰ ਲੋਕਾਂ ਨਾਲ ਪਿਆਰ ਹੈ, ਥੋੜ੍ਹੀ ਜਿਹੀ ਸ਼ਰਮ ਕਰਦਾ ਹੈ। ਪਰਮਾਤਮਾ ਹੈਗਾ, ਜਦੋਂ ਪਰਮਾਤਮਾ ਦੀ ਮਾਰ ਪੈਂਦੀ ਹੈ ਨਾ ਤੇ ਵੱਡੇ ਵੱਡੇ ਝੁਕ ਜਾਂਦੇ ਆ, ਉਸ ਪਰਮਾਤਮਾ ਤੋਂ ਡਰ ਨਾ ਇੰਨਾ ਉਭਰਿਆ। ਫਿਰ ਮੈਂ ਬਸ ਇਹੀ ਉਹਨੂੰ ਕਹਿਣਾ ਚਾਹੁੰਦਾ ਕਿ ਬਸ ਪਰਮਾਤਮਾ ਤੋਂ ਡਰ, ਬਾਕੀ ਕਿਸੇ ਤੋਂ ਸਾਰਾ ਜੱਜ ਕਰਦੇ ਇਹਨੇ ਰੁੱਸੇ ਸਾਡੇ ਨਾਲ ਤਾਂ ਸਾਰਾ ਵਾਰਡ ਵੀ ਹੈ, ਜੱਜ ਵੀ ਹੈ, ਪਰਮਾਤਮਾ ਵੀ ਹੈ। ਇਹ ਜੋ ਕੁਛ ਵੀ ਕਰਨਾ ਚਾਹੁਣ ਕਰਨਾ, ਅੱਜ ਇਲੈਕਸ਼ਨ 24 ਨੂੰ ਹੋਈ ਹੈ, 27 ਨੂੰ ਰਿਜ਼ਲਟ ਹੈ, ਉੱਥੇ ਵੀ ਮਸ਼ੀਨਾਂ 'ਚ ਗੜਬੜ ਨਹੀਂ ਕਰਨਾ। ਪਰਮਾਤਮਾ ਨੇ ਤਾਜ ਸਾਡੇ ਸਿਰ 'ਤੇ ਬੰਨਣਾ, ਸਾਡੀ ਸਾਹ ਸੰਗਤ ਦੇ ਸਿਰ 'ਤੇ ਤਾਜ ਬੰਨਣਾ, ਉਹਨੂੰ ਰੋਕ ਨਹੀਂ ਸਕਦੇ। ਉਹਦਾ ਨਾਂ ਕਹਿੰਦਾ ਹੋਇਆ ਅੱਜ ਜੋ ਸੰਗਤਾਂ ਨੇ ਇੰਨਾ ਪਿਆਰ ਦਿਖਾਇਆ, ਵੱਧ ਤੋਂ ਵੱਧ ਵੋਟਾਂ ਪਾਈਆਂ, ਪੂਰੀ ਸੰਗਤ ਦਾ ਦਿਲ ਦੀ ਅੱਗੇ ਰਹੀਆਂ, ਧੰਨਵਾਦ ਕਰਦਾ ਸਦਾ ਕਰਦਾ ਰਹਾਂਗਾ। ਔਰ ਬਾਕੀ ਬਿਲਕੁਲ ਠੀਕ ਹੈ, ਇੱਕ ਦੋ ਦਿਨ 'ਚ ਜੋ ਸੰਗਤਾਂ ਚੱਲਦੀਆਂ ਠੀਕ ਹੋ ਜਾਣਗੀਆਂ। ਸਾਹ ਸੰਗਤ ਨੂੰ ਬੇਨਤੀ ਕਰਦਾ, ਕੋਈ ਘਬਰਾਉਣ ਵਾਲੀ ਗੱਲ ਨਹੀਂ, ਮੇਰੇ ਮੋਬਾਇਲ ਨੇ ਖੋਏ ਤਾਂ ਬੰਦ ਹੈ, ਮੇਰੇ ਸੰਗਤ ਸੋਚਣਾ ਵੀ ਮੋਬਾਇਲ ਨੂੰ ਬੰਦ ਕਰ ਲਏ, ਮੇਰੇ ਮੋਬਾਇਲ ਖੋ ਕੇ ਲੈ ਗਏ, ਬਡੇਰ ਸਾਹਿਬ ਦਾ ਵੱਡੇ ਭਾਈ ਬੰਦੀ ਬਡੇਰ ਦਾ ਮੋਬਾਇਲ ਖੋ ਕੇ ਲੈ ਗਏ, ਹੋਰ ਹੋਰ ਕਾਫੀ ਨੁਕਸਾਨ ਕੀਤਾ। ਚਲੋ ਪਰਮਾਤਮਾ ਦੇਖ ਰਿਹਾ, ਅਸੀਂ ਇਹਨਾਂ ਨੂੰ ਇੱਕ ਦਾ ਜਵਾਬ ਪੱਤਰ ਨਾ ਨਿਕਾਹਾਂਗੇ, ਅਸੀਂ ਤੇ ਪਰਮਾਤਮਾ ਦੇ ਸਾਥੀ, ਇਹ ਸੱਚੇ ਪਾਤਸ਼ਾਹ, ਜੇ ਅਸੀਂ ਗਲਤ ਕੀਤਾ ਹੋਇਆ ਸਾਨੂੰ ਸਜ਼ਾ ਨਹੀਂ, ਜੇ ਇਹਨਾਂ ਨੇ ਗਲਤ ਕੀਤਾ ਇਹਨਾਂ ਨੂੰ ਸਜ਼ਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।